फरीदकोट पुलिस ने पिछले दिन एक लुटेरा गिरोह के चार मैंबरों को गिरफ्तार किया सी, जिन्हों के एक मैंबर को की गई पूछगिछ तो बाद चोरी के चार मोटरसाइकिल बरामद किए गए हैं और नाल एक होर साथी को भी गिरफ्तार किया गया है। इस संबंधी जानकारी देंदे थाना मुखी गुरविंदर सिंह ने दसा है कि कुछ दिन पहला ही एक लुटेरा गिरोह को काबू किया गया सी, हुण उन्होंने एक मैंबर को जब पूछगिछ की गई है तो उस को चोरी की बरामदगी हुई है। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਿਉਣ ਵਾਲਾ ਹਾਲ ਸ਼ਹਿਬਾਜ ਨਗਰ ਫਰੀਦਕੋਟ ਇਹ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਧੰਦਾ ਕਰਦਾ, ਉਸ ਇਨਫੋਰਮੇਸ਼ਨ 'ਤੇ ਅਸੀਂ ਇਹ ਜਿਹੜਾ ਦੋਸ਼ੀ ਸੀਗਾ ਸਤਨਾਮ ਸਿੰਘ ਅਤੇ ਇਹਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ 18 ਮੋਟਰਸਾਈਕਲ ਬਰਾਮਦ ਕਰ ਲਏ ਸੀ। ਇਹ ਜਿਹੜਾ ਦੋਸ਼ੀ ਸਤਨਾਮ ਸਿੰਘ ਸੀਗਾ ਇਹਨੇ ਉਸ ਟਾਈਮ ਸਾਡੇ ਤਫਤੀਸ਼ੀ ਤੋਂ ਇਸ ਗੱਲ ਦਾ ਲੁਕੋ ਰੱਖਿਆ ਕਿ ਇਹਦਾ ਅਸਲ ਨਾਂ ਅਮਨਦੀਪ ਸਿੰਘ ਹੈ, ਕਿਉਂਕਿ ਇਹ ਜਿਹੜਾ ਦੋਸ਼ੀ ਸਤਨਾਮ ਸਿੰਘ ਸੀ ਇਹਦਾ ਅਸਲ ਨਾਂ ਸੀ ਅਮਨਦੀਪ ਸਿੰਘ ਏਲੀਅਸ ਅਮਨਾ। ਇਹਦੇ 'ਤੇ ਪਹਿਲਾਂ ਆਲਰੇਡੀ ਥਾਣਾ ਬਾਘਾ ਪੁਰਾਣਾ ਵਿਖੇ ਅਤੇ ਥਾਣਾ ਮੱਖੂ ਵਿਖੇ ਅਤੇ ਫਿਰੋਜ਼ਪੁਰ ਸਿਟੀ ਵਿਖੇ ਵਾਰਦਾਤਾਂ ਦੇ ਕਾਫੀ ਮੁਕੱਦਮੇ ਦਰਜ ਸੀਗੇ। ਇਹਨੇ ਉਸ ਟਾਈਮ ਸਾਡੇ ਇੱਥੇ ਤਫਤੀਸ਼ੀ ਕੋਲ ਜਿਹੜਾ ਆਪਦਾ ਗਲਤ ਨਾਂ ਲਿਖਾ ਕੇ ਸਤਨਾਮ ਸਿੰਘ ਅਤੇ ਮਾਨਯੋਗ ਅਦਾਲਤ ਵਿੱਚੋਂ ਗਲਤ ਨਾਂ ਦੀ ਹੀ ਜ਼ਮਾਨਤ ਲੈ ਲਈ। 25 ਤਰੀਕ ਨੂੰ ਹੁਣ 25/11 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸਾਡੇ ASI ਲਖਵੀਰ ਸਿੰਘ ਨੂੰ ਕਿ ਇਹ ਜਿਹੜਾ ਅਮਨਦੀਪ ਸਿੰਘ ਏਲੀਅਸ ਅਮਨਾ ਪੁੱਤਰ ਗੁਰਜੰਟ ਸਿੰਘ ਵਾਸੀ ਡੋਗਰ ਵਸਤੀ ਇਹ ਜਿਹੜਾ ਵਹੀਕਲ ਚੋਰੀ ਕਰਦਾ, ਅੱਜ ਵੀ ਇਹਦੇ ਕੋਲ ਇੱਕ ਵਹੀਕਲ ਮੋਟਰਸਾਈਕਲ ਦਾ ਆਪਣਾ ਮੋਟਰਸਾਈਕਲ ਆ ਚੋਰੀ ਦਾ, ਜਿਸ 'ਤੇ ਸਾਡੇ ASI ਨੇ ਇਹਨੂੰ ਕਾਬੂ ਕਰਕੇ ਇਹਦੇ ਤੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਜਿਹੜਾ ਕਿ ਇਹਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਚੋਰੀ ਕੀਤਾ ਸੀ। ਉਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 420 ਮਿਤੀ 25/11 ਅੰਡਰ ਸੈਕਸ਼ਨ 379-411 ਦਰਜ ਰਜਿਸਟਰ ਕੀਤਾ। ਉਹਦੀ ਗਾਂ ਤਫਤੀਸ਼ ਦੇ ਦੌਰਾਨ ਹੀ ਇਹਦੇ ਤੋਂ ਇੱਕ ਮੋਟਰਸਾਈਕਲ ਹੋਰ ਅਤੇ 2 ਸਕੂਟਰੀਆਂ ਬਰਾਮਦ ਕੀਤੀਆਂ, ਟੋਟਲ 4 ਵਹੀਕਲ ਬਰਾਮਦ ਕੀਤੇ। ਅਤੇ ਜਿਹੜਾ ਪਹਿਲਾ ਮੁਕੱਦਮਾ ਸੀ 257 ਨੰਬਰ ਉਹਦੇ 'ਚ ਇੱਕ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਰਹਿੰਦਾ ਸੀ ਵਕੀਲ ਸਿੰਘ, ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਤੋਂ ਇੱਕ ਮੋਟਰਸਾਈਕਲ ਹੋਰ ਬਰਾਮਦ ਕੀਤਾ ਹੈ। ਇਸ ਤਰੀਕੇ ਨਾਲ ਇਹ ਜਿਹੜਾ ਇਹਨਾਂ ਦਾ ਗੈਂਗ ਸੀ, ਕਿਉਂਕਿ ਇਹਨਾਂ ਦੇ ਹੋਰ ਵੀ ਸਾਥੀ ਨਾਲ ਗ੍ਰਿਫਤਾਰ ਹੋਏ ਨੇ, ਇਹ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਸਰਗਰਮ ਗੈਂਗ ਸੀ ਜਿਹੜਾ ਫਰੀਦਕੋਟ ਸ਼ਹਿਰ ਦੇ ਵਿੱਚੋਂ ਵੱਖ ਵੱਖ ਵਹੀਕਲ ਚੋਰੀ ਕਰਕੇ ਵੇਚਦੇ ਸੀ ਅੱਗੇ, ਇਹ ਉਹ ਸਾਰੇ ਅਸੀਂ ਗ੍ਰਿਫਤਾਰ ਕਰ ਲਏ ਆ। ਇਹਨਾਂ ਤੋਂ ਵੈਪਨ ਵੀ ਮਿਲੇ ਆ। ਅੱਗੇ ਗਾਂ ਤਫਤੀਸ਼ ਫਰਦਰ ਅਜੇ ਚੱਲ ਰਹੀ ਆ। ਇਹਨਾਂ ਨੇ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਵਾਰਦਾਤਾਂ ਕੀਤੀਆਂ, ਇੱਕ 540,000 ਰੁਪਇਆ ਗਨ ਪੁਆਇੰਟ 'ਤੇ ਖੋਇਆ ਸੀਗਾ, ਇੱਕ 2.5 ਲੱਖ ਦੀ ਵਾਰਦਾਤ ਹੋਈ ਆ ਫਿਰੋਜ਼ਪੁਰ ਸਿਟੀ ਦੀ, ਉਹ ਵੀ ਗਨ ਪੁਆਇੰਟ 'ਤੇ ਕੀਤੀ ਸੀ। ਇੱਕ ਇਹਨਾਂ ਨੇ ਘੱਲ ਖੁਰਦ ਦੇ ਏਰੀਏ 'ਚੋਂ ਸਵਿਫਟ ਕਾਰ ਖੋਈ ਸੀਗੀ, ਉਹ ਵੀ ਇਹਨਾਂ ਨੇ ਉਦੋਂ ਗਨ ਪੁਆਇੰਟ 'ਤੇ ਖੋਈ ਆ। ਬਾਕੀ ਗਾਂ ਜੇ ਤਫਤੀਸ਼ ਚੱਲ ਰਹੀ ਹੈ ਇਹਦੇ 'ਚ। ਹੁਣ ਇਹ ਜਿਹੜਾ ਸਤਨਾਮ ਸਿੰਘ ਆ ਇਹਦਾ ਜਿਹੜੀ ਇਹਨੇ ਗਲਤ ਨਾਂ ਲਿਖਾਇਆ ਸੀ ਇਹਦੀ ਅਸੀਂ ਵੱਖਰੀ ਰਿਪੋਰਟ ਬਣਾ ਕੇ ਆਪਣੇ ਸੀਨੀਅਰ ਅਫਸਰ ਨੂੰ ਸਾਹਿਬਾਨ ਦੀ ਸੇਵਾ ਵਿੱਚ ਭੇਜ ਦਿੱਤੀ ਆ, ਉਹ ਵੀ ਇਹਦੇ ਖਿਲਾਫ਼ ਇੱਕ ਕੇਸ ਰਜਿਸਟਰ ਹੋਰ ਹੋ ਜਾਏਗਾ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।